ਅੱਖੀਆਂ ਨੀਤਾਂ ਦਾ ਤਾਂ ਹੀ ਘੱਟ ਵਟਿਆਂ ਤੂੰ ਤੁਲਾਂ ਪਤਾ ਕੋਈ ਨਾ ਇਤਰੇਡੀਆਂ ਨੀਤਾਂ ਦਾ ਤਾਂ ਹੀ ਘੱਟ ਵਟਿਆਂ ਤੂੰ ਤੁਲਾਂ ਉਤੋਂ ਸੱਜਣ ਦੇ ਨਾਲ ਰਕੀਬ ਦੀਆਂ ਸੁਣੀ ਵਤਨਾ ਬਣਦੀਆਂ ਢੁੱਲਾਂ ਤੇ ਕਾਸਮ ਵੀਰਾ ਇੱਥੇ ਆਕੇ ਕੱਖ ਵੀ ਸ਼ਿਕਵਾ ਨਹੀਂ ਹੋਇਆ ਜਾਣ ਕੇ ਮੈਂ ਬੇਮੁੱਲਾਂ ਉਹ ਮੈਨੂੰ ਲੱਗੀ ਏ ਥੁੜਕ ਸਿੰਜਾਪ ਦੇ ਵਿੱਚ ਤੇਰੀ ਗਲਤੀ ਨਹੀਂ ਮੈਂ ਭੁੱਲਾਂ ਕੀ ਬਾਤ ਤਾਂ ਹੀ ਘੱਟ ਵਟਿਆਂ ਤੂੰ ਤੁਲਾਂ ਬਈ ਆਕੇ ਪਿਆਂਦਾ ਹੀ ਆਕੇ ਬਈ ਮਸਲਾ ਪਤਾ ਕੀ ਹੋਇਆ ਕਿ ਬਸ ਲਾਲਚ ਤਾਂ ਹੀ ਘੱਟ ਵਟਿਆਂ ਤੂੰ ਤੁਲਾਂ ਜੀ ਹਾਂ ਬਸ ਲਾਲਚ ਦੋੜਾ ਸੁਣ ਕੇ ਬਸ ਲਾਲਚ ਹਵਸ ਤੇ ਗਰਜ਼ਾਂ ਤੇ ਜਦਾਂ ਸੂਈ ਸਰਕਾਰ ਦੀ ਟਿਕ ਗਈ ਬਸ ਲਾਲਚ ਹਵਸ ਤੇ ਗਰਜ਼ਾਂ ਤੇ ਜਦਾਂ ਸੂਈ ਸਰਕਾਰ ਦੀ ਟਿਕ ਗਈ ਤਦਾਂ ਸੰਗਤ ਦਾ ਖਤਮ ਸਵਾਦ ਹੋਇਆ ਪਾਏ ਹੌਲੇ ਹੌਲੇ ਫਿੱਕ ਗਈ ਤੇ ਹੋਵੇ ਅਣਖ ਵਿਕਾਊ ਨਾ ਸਜਣਾ ਦੀ ਈਆ ਖਾ ਕਾ ਸਿਮ ਨੂੰ ਸਿੱਕ ਗਈ ਓਏ ਮੁੱਲ ਵਿਕਦੀ ਸ਼ਾਇਦ ਆ ਕੀ ਹੁੰਦਾ ਹੈ ਜਿੱਥੇ ਬਾਹ ਲੱਗਿਆ ਉੱਤੇ ਮਿਹਰਬਾਨੀ ਠੀਕ ਹੈ ਠੀਕ ਹੈ ਮੁੱਲ ਵਿਕਦੀ ਸ਼ਾਇਦ ਆ ਕੀ ਹੁੰਦਾ ਹੈ ਜਿੱਥੇ ਬਾਹ ਲੱਗਿਆ ਉੱਥੇ ਵਿਕ ਗਈ ਅਸਾਂ ਤਾਂ ਕਾਸਿਮ ਤੇਰੇ ਮਗਰ ਵਿਕਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇਸ ਗੱਲ ਦਾ ਜ਼ਰੂਰ ਅਰਮਾਨ ਹੈ ਕਿ ਤੈਥੇ ਕੋਈ ਨਹੀਂ ਸ਼ਿਕਵਾ ਕਸਮ ਖੁਦਾ ਦੀ ਮੇਰੀ ਅਜ਼ਲ ਤੋਂ ਗਲਤ ਬਰਾਤ ਆਈ ਤੈਥੇ ਕੋਈ ਨਹੀਂ ਸ਼ਿਕਵਾ ਕਸਮ ਖੁਦਾ ਦੀ ਮੇਰੀ ਅਜ਼ਲ ਤੋਂ ਗਲਤ ਬਰਾਤ ਆਈ ਮੈਂ ਵਿਕਣਾ ਕੇ ਆਈ ਹਾਂ ਤੇਰਾ ਇੱਕ ਇੱਕ ਨਾਜ਼ ਕਰੋੜਾਂ ਦਾ ਮੇਰੀ ਅੱਟੀਆਂ ਦੀ ਔਕਾਤ ਆਈ ਤੇ ਤਵੱਜੋ ਕਰਨੀ ਏ ਹਾਂ ਆਕਿਬ ਇੱਕ ਅਰਮਾਨ ਜ਼ਰੂਰ ਏ ਤੇਰੇ ਕੋਲ ਜੂੰ ਹਰ ਸੌਗਾਤ ਆਈ ਉਹ ਜਿਵੇਂ ਸ਼ਕਲ ਜਹਾਨ ਤੂੰ ਸੋਹਣੀ ਹਾਈਆ ਇੰਨੇ ਜ਼ਰਫ ਹੁੰਦੋ ਕੀ ਬਾਤ ਆਈ ਕੀ ਬਾਤ ਹੈ ਬਹੁਤ ਸ਼ੁਕਰੀਆ ਸਾਈ ਤਵੱਜੋ ਚਾਸ ਇੱਕ ਮਿੰਟ ਨਹੀਂ ਮੇਰੀ ਵਾਸਤੇ ਅੱਜ ਇਹ ਵੀ ਹੈ ਮਖਾਨ ਇੱਕ ਮਿੰਟ ਠੀਕ ਕੋਈ ਮਸਲਾ ਨਹੀਂ ਕੋਈ ਮਸਲਾ ਨਹੀਂ ਇਹ ਪਹਿਲੀ ਵਾਰੀ ਤੂੰ ਸਾਈ ਅਹਿਮਤ ਦਾੜੀ ਤਾਂ ਵੇਖੀ ਹੈ ਨਾ ਸਹੀ ਮੈਂ ਇਸ ਵੇਲੇ ਭਾਈ ਦਾੜੀ ਵਾਲੀ ਐਮ ਆਈ ਚੱਲਦੀ ਹੈ ਮਿਹਰਬਾਨੀ ਮਿਹਰਬਾਨੀ ਜੀ ਬਿਸਮਿਲਲਾ ਮਿਹਰਬਾਨੀ ਭਾਈ ਜਾਨ ਤੇਰੇ ਨਾਲ ਖਲੋਣਾ ਐਮਾ ਦੀ ਵੀ ਕਿਸਮਤ ਹੋਈ ਨਾ ਅੱਛਾ ਹੁਣ ਵਿਸ਼ੇਲੇ ਨਾ ਟੁਰੋ ਸ਼ੇਰ ਗੱਲ ਵਿਕਣ ਦੀ ਹੁੰਦੀ ਪਈ ਆਖੇ ਭਾਈ ਹੁੰਦੇ ਵੱਲ ਨਾ ਲੇਖ ਲਕੀਰ ਦੇ ਵਿੱਚ ਤਾਂ ਸਾਡਾ ਮੁੱਲ ਚੌਥਾਰ ਵਿੱਚ ਕੋਈ ਨਾ ਹੁੰਦੇ ਵੱਲ ਨਾ ਲੇਖ ਲਕੀਰ ਦੇ ਵਿੱਚ ਤਾਂ ਸਾਡਾ ਮੁੱਲ ਚੌਧਾਰ ਚ ਕੋਈ ਨਾ ਉਹ ਸਾਨੂੰ ਰਈਅਤ ਬਣਾ ਕੇ ਲਈ ਵੱਤਿਆ ਐਡਾ ਪਦ ਸਿਰਦਾਰ ਚ ਕੋਈ ਨਾ ਸਾਨੂੰ ਰਈਅਤ ਬਣਾ ਕੇ ਲਈ ਵੱਤਿਆ ਐਡਾ ਪਦ ਸਿਰਦਾਰ ਚ ਕੋਈ ਨਾ ਔਰ ਡਿੱਠਾ ਹਰ ਪਾਸੇ ਕਾਸਮ ਵਿਕਣ ਤੋਂ ਪਹਿਲੇ ਜੋ ਚੋਖਾ ਰਸ਼ ਬਾਜ਼ਾਰ ਚ ਕੋਈ ਨਾ ਜਿੰਦੀ ਗਰਜ਼ ਦੇ ਕਾਨ ਨਿਲਾਮ ਹੋ ਗਏ ਉਹ ਬਸ਼ਰ ਕਤਾਰ ਚ ਕੋਈ ਨਾ ਜਿੰਦੀ ਗਰਜ਼ ਦੇ ਕਾਨ ਨਿਲਾਮ ਹੋ ਗਏ ਉਹ ਬਸ਼ਰ ਕਤਾਰ ਚ ਕੋਈ ਨਾ ਉਹ ਕਤਾਰ ਚੋਂ ਨਿਕਲਣ ਦੀ ਵੀ ਇੱਕ ਵਜ੍ਹਾ ਆਈ ਹਾਜੀ ਰਜਬ ਅਲੀ ਬਾਰ ਸਾਹਿਬ ਇੱਕ ਦੌਰ ਆਈ ਅਸੀਂ ਵੀ ਖਾਸ ਹਾਸੇ ਬਿਸਮਿਲਲਾ ਸਦਾ ਸਲਾਮਤ ਰਹੋ ਬਹੁਤ ਸ਼ੁਕਰੀਆ ਹਾਜੀ ਜ਼ੁਲਫਕਾਰ ਸਾਹਿਬ ਇੱਕ ਦੌਰ ਆਈ ਮੁੱਲ ਦੀ ਗੱਲ ਪਿਆ ਕਰਿੰਦਾ ਹੈ ਨਾ ਇੱਕ ਦੌਰ ਆਈ ਅਸੀਂ ਵੀ ਖਾਸ ਹਾਸੇ ਸਾਨੂੰ ਆਮ ਕੀਤੋਈ ਮੁੜ ਛੋੜ ਗਿਓ ਸਾਡੇ ਮੁੱਲ ਦੀ ਕਈ ਨੂੰ ਭੁੱਲ ਕਾਈ ਨਾਈ ਬੇਦਾਮ ਕੀਤੋਈ ਮੁੜ ਛੋੜ ਗਿਓ ਬਹੁਤ ਸ਼ੁਕਰੀਆ ਤੇ ਅਸਾਂ ਆਕਿਬ ਪੱਥਰ ਮਿਜ਼ਾਜਾਂ ਨੂੰ ਕਾਸਿਮ ਬਿਰਾ ਅਸਾਂ ਆਕਿਬ ਪੱਥਰ ਮਿਜ਼ਾਜਾਂ ਨੂੰ ਪਹਿਲੇ ਰਾਮ ਕੀਤੋਈ ਮੁੜ ਛੋੜ ਗਿਓ ਉਹ ਦਿੰਗੀ ਸਾਜ ਬਣਾ ਕੇ ਬੇਦਰਦਾ ਬਦਨਾਮ ਕੀਤੋਈ ਮੁੜ ਛੋੜ ਗਿਓ ਸਾਈਂ ਤਵੱਜੋ ਕਰਿਆ ਮੈਂ ਛੋੜਿਆ ਪਤਾ ਹੀ ਕਿਉਂ ਹੈ ਬਿਸਮਿਲਲਾ ਨਾਸ਼ੀ ਬਾਗ ਮੈਂ ਛੋੜਿਆ ਪਤਾ ਹੀ ਕਿਉਂ ਹੈ ਕਿ ਉਹ ਤੰਗ ਆਈ ਪੱਟ ਓ ਚੋਲੇ ਤੂੰ ਮੈਂ ਸੀਵਣਾ ਨਾ ਉਹਨੂੰ ਛੋੜ ਦਿੱਤਾ ਹਾਏ ਵਾਹ 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 ਛੋੜਨ ਦਾ ਸਬਬ ਦੱਸੇ ਵਾਹ 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 ਉਹ ਤੰਗ ਆਈ
ਉਹ ਤੰਗ ਆਈ ਪਾਟੇ ਉਹ ਚੋਲੇ ਤੂੰ ਮੈਂ ਸੀਵਣਾ ਨਾ ਉਹਨੂੰ ਛੋੜ ਦਿੱਤਾ ਏ ਉਹਦੀ ਜ਼ਿੱਦ ਦੇ ਕਾਸਿਮ ਜਖੜਾਂ ਵਿੱਚ ਗੁੰਮ ਥੀਵਣਾ ਨਾ ਉਹਨੂੰ ਛੋੜ ਦਿੱਤਾ ਏ ਔਰ ਉਹ ਦੇਊ ਅੱਜ ਉੱਠੇ ਜਾਮ ਦੇ ਵਿੱਚ ਯਾਰ ਜਦੋਂ ਪੀਵਣਾ ਨਾ ਉਹਨੂੰ ਛੋੜ ਦਿੱਤਾ ਏ ਉਹਦੇ ਹੱਥ 'ਚ ਮੇਰੀ ਜ਼ਿੰਦਗੀ ਆਈ ਮੈਂ ਜੀਵਣਾ ਨਾ ਉਹਨੂੰ ਇਹ ਛੋੜਨ ਦਾ ਅਰਮਾਨ ਪਾਲਾ ਮੈਨੂੰ ਕੋਈ ਨਹੀਂ ਲੇਕਿਨ ਇੱਕ ਗੱਲ ਦਾ ਦੁੱਖ ਹੈ ਛੋੜਨਾ ਵੀ ਚਲੋ ਹਾਈ ਆ ਤਾਂ ਦੂਰੋਂ ਛੋੜਦੇ ਹੋਏ ਆ ਭਾਈਆਂ ਅਰਮਾਨ ਇਸ ਗੱਲ ਦਾ ਹੈ ਕਿ ਮੇਰੇ ਸਿਦਕ ਦੀ ਨਾਜ਼ਕ ਬੁਲਬੁਲ ਦਾ ਇੰਜ ਚੁਣ ਮਜਬੂਰੀਆਂ ਤਨ ਛੱਡਿਆ ਹੈ ਮੇਰੀ ਜ਼ਿੰਦਗੀ ਦੇ ਇੱਕ ਤਲਖ ਤਜਰਬੇ ਕਰ ਜ਼ਿੰਦਗੀ ਤੂੰ ਬਦ ਜ਼ਨ ਛੱਡਿਆ ਹੈ ਉਹ ਮੈਨੂੰ ਬਖਤ ਦਾ ਆਕਿਬ ਖਾਲੀ ਜਾਮਾ ਮੈਨੂੰ ਬਖਤ ਦਾ ਆਕਿਬ ਖਾਲੀ ਜਾਮਾ ਭਾਈ ਕਾਸਿਮ ਤਾਈ ਅਮਰ ਖੁਦਾ ਦਾ ਮਨ ਛੱਡਿਆ ਹੈ ਉੱਤੋਂ ਬਸ਼ਰ ਹਟਾ ਕੇ ਹੋਠਾਂ ਤੂੰ ਮੈਨੂੰ ਘੱਤ ਚ ਮਾਰ ਕੇ ਬੰਨ ਛੱਡਿਆ ਹੈ ਬਿਸਮਿਲਾ ਬਹੁਤ ਸ਼ੁਕਰੀਆ ਬਿਸਮਿਲਾ ਮਿਹਰਬਾਨੀ ਬਹੁਤ ਮਿਹਰਬਾਨੀ ਆਈ ਸਾਹਿਬ ਅੱਛਾ ਹੁਣ ਗੱਲ ਅੱਛਾ ਉਹ ਹੁਣ ਤਾਂ ਚਾਹੁੰਦੇ ਚਲੋ ਠੀਕ ਹੈ ਇਹ ਨਾ ਹੁਣ ਆ ਕੇ ਭਾਈ ਜੀ ਜੀ ਮੈਂ ਨਹੀਂ ਹੁਣ ਬੰਨਣ ਵਾਲਾ ਮਿਹਣਾ ਦਿੱਤੀ ਖਲਾਨਾ ਗੱਲ ਪਤਾ ਹੀ ਮੈਂ ਇੱਕ ਹੋਰ ਕੰਮ ਕਰੂੰ ਜੀ ਜੀ ਕਿ ਤੈਨੂੰ ਟੁਰਦਿਆਂ ਵਾਰੀ ਆਖਿਆ ਨਾ ਵਤ ਵੱਲ ਨਾ ਆਸੇ ਹਟਾ ਵਾਹ ਵਾਹ ਤੈਨੂੰ ਟੁਰਦਿਆਂ ਵਾਰੀ ਆਖਿਆ ਨਾ ਵਤ ਵੱਲ ਨਾ ਆਸੇ ਹਟਾ ਮੈਥੋਂ ਨਿਖੜ ਕੇ ਹਿਜਰ ਮੁਸੀਬਤ ਵਿੱਚ ਹਰ ਪਲ ਘਬਰਾਸੇ ਹਟਾ ਤੇ ਮੂੰਹ ਵੇਖ ਕੇ ਕਾਸਮ ਸ਼ੀਸ਼ੇ ਵਿੱਚ ਕਦੀ ਖੁਦ ਸ਼ਰਮਾਸੇ ਹਟਾ ਮੈਨੂੰ ਮਗਰੂ ਭੱਜਣ ਦੀ ਆਦਤ ਨਹੀਂ ਮੇਰਾ ਚਾਨ ਪਛਤਾ ਸੇ ਹਟਾ ਭਾਈ ਜੀ ਇੱਥੇ ਪਛਤਾਵਣ ਵਾਲੀ ਤਾਂ ਗੱਲ ਰਹੀ ਕਾਈ ਨਾ ਬਾਉ ਮੇਰੇ ਸਿਦਕ ਦਾ ਹਾਜੀ ਸਾਹਿਬ ਮੇਰੇ ਸਿਦਕ ਦਾ ਆਲੀ ਸ਼ਾਨ ਮਹੱਲ ਨਫ਼ਰਤ ਦੇ ਜ਼ਲਜ਼ਲੇ ਢਾ ਛੱਡਿਆ ਏ ਹੱਦੋਰੇ ਵਾਹ ਕੇ ਹਲ ਬੇਵਸੀਆਂ ਦੇ ਉੱਤੋਂ ਗੁਰਬਤ ਫੇਰ ਕਰਾ ਛੱਡਿਆ ਏ ਤੇ ਨੌਸ਼ੀ ਬਿਰਾ ਮੈਂ ਤੈਨੂੰ ਗੱਲ ਪਿਆ ਕਰੇ ਨਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸਾਈ ਮੇਰੇ ਸਿਦਕ ਦਾ ਆਲੀ ਸ਼ਾਨ ਮਹੱਲ ਮੇਰੇ ਸਿਦਕ ਦਾ ਆਲੀ ਸ਼ਾਨ ਮਹੱਲ ਨਫ਼ਰਤ ਦੇ ਜ਼ਲਜ਼ਲੇ ਢਾ ਛੱਡਿਆ ਏ ਦੋਰੇ ਵਾ ਕੇ ਹਲ ਬੇਵਸੀਆਂ ਦੇ ਉੱਤੋਂ ਗੁਰਬਤ ਫੇਰ ਕਰਾ ਛੱਡਿਆ ਹੁਣ ਤਵੱਜੋ ਕਰਨੀ ਏ ਮਤਾ ਪਾਕ ਅਨਾ ਮਜਰੂ ਹੋਵੇ ਬਹੁਤ ਸ਼ੁਕਰੀਆ ਮਤਾ ਪਾਕ ਅਨਾ ਮਜਰੂ ਹੋਵੇ ਦੇ ਸਿੱਖ ਨੂੰ ਸਬਰ ਦਾ ਫਾ ਛੱਡਿਆ ਏ ਉਹ ਇਹਨੂੰ ਨੌਸ਼ੀ ਬੇਸ਼ੱਕ ਦੱਸ ਛੋੜੀ ਤੈਨੂੰ ਆਕਿਬ ਜ਼ੈਨ ਤੂੰ ਲਾ ਛੱਡ ਮਿਹਰਬਾਨੀ ਜੀ ਸੁਣ ਕੇ ਸਾਹਿਬ ਮਿਹਰਬਾਨੀ ਸੁਣ ਕੇ ਆਕਿਬ ਆਦਾ ਮੈਂ ਤੈਨੂੰ ਜ਼ੈਨ ਤੂੰ ਲਾ ਛੱਡਿਆ ਏ ਤਵੱਜੋ ਚਾਸਾਂ ਤਵੱਜੋ ਦਾਦ ਇੱਕ ਵਾਰੀ ਹੋਰ ਦਿਓ ਦੋੜਾ ਬੜਾ ਚੰਗਾ ਤਾੜੀ ਮਾਰੋ ਮਿਹਰਬਾਨੀ ਜੀ ਹੁਣ ਮੇਰਾ ਸੁਣੋ ਇਹ ਆਂਦਾ ਮੈਂ ਤੈਨੂੰ ਜ਼ੇਨ ਤੋਂ ਲਾ ਛੱਡਿਆ ਹੈ ਲੇਕਿਨ ਮੈਂ ਅਰਜ਼ ਆਈ ਹੋਪ ਕਿ ਆਪ ਇਨਕੇ ਚੈਨਲ ਕੋ ਸਬਸਕ੍ਰਾਈਬ ਕਰੇਂਗੇ ਔਰ ਇਨਕੀ ਮਜ਼ੀਦ ਵੀਡੀਓਜ਼ ਜੋ ਹੈ ਉਸਕੋ ਇੰਜੋਏ ਕਰੇਂਗੇ ਥੈਂਕ ਯੂ ਸੋ ਮਚ ਚੈਨਲ ਕੋ ਸਬਸਕ੍ਰਾਈਬ ਕਰੇ ਇਸਕੋ ਲਾਈਕ ਕਰੇ ਇਸਕਾ ਲਿੰਕ ਸ਼ੇਅਰ ਕਰੇ ਔਰ ਬੈਲ ਕਾ ਬਟਨ ਜ਼ਰੂਰ ਦਬਾਏ ਤਾਂ ਕਿ ਨਈ ਆਨੇ ਵਾਲੀ ਵੀਡੀਓ ਜੋ ਹੈ ਵੋ ਆਪ ਤੱਕ ਪਹੁੰਚੇ ਥੈਂਕ ਯੂ